ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮਾਂ ਸਵੇਰ ਦਾ 8 ਦਾ ਹੋ ਚੁੱਕਾ ਜੀ, ਅਤੇ 8ਵੀਂ ਤਰੀਕ ਹੈ ਅੱਜ। ਸ਼ੁਭਦੀਪ ਸਿੰਘ ਸਿੱਧੂ ਔਰ ਮੂਸੇਵਾਲਾ, ਜਿਹੜਾ ਸਿੱਧੂ ਮੂਸੇਵਾਲਾ, ਉਹਨੂੰ ਅੰਤਿਮ ਅਰਦਾਸ ਹੋਣੀ ਉਹਦੀ, ਉਹਨੂੰ ਸ਼ਰਧਾ ਦੇ ਫੁੱਲ ਸਾਰੇ ਉਹਦੇ ਪ੍ਰੇਮ ਕਰਨ ਵਾਲਿਆਂ ਵੱਲੋਂ ਭੇਟ ਕੀਤੇ ਜਾਣੇ ਆ, ਅਤੇ ਤੁਹਾਨੂੰ ਦਿਖਾਉਂਦੇ ਹਾਂ। ਸਾਰਾ ਐਂਟਰੀ ਪੁਆਇੰਟ ਆ ਜੀ, ਇਹ ਸਾਰਾ ਐਂਟਰੀ ਪੁਆਇੰਟ ਆ। ਇਹ ਸੁਵੀਰ ਚੈੱਕ ਕਰਨ ਲਈ ਪੁਲਿਸ ਵਾਲੇ ਖੜ੍ਹੇ ਆ, ਪੂਰੀ ਚੈਕਿੰਗ ਤੋਂ ਬਾਅਦ ਪੰਡਾਲ ਦੇ ਵਿੱਚ ਐਂਟਰੀ ਹੁੰਦੀ ਆ, ਅਤੇ ਪੰਡਾਲ ਬਹੁਤ ਵੱਡਾ, ਤੁਹਾਨੂੰ ਰਾਤ ਵੀ ਦਿਖਾਇਆ ਸੀ, ਹੁਣ ਦੇਣੇ ਆ। ਸ਼ੁਭਦੀਪ ਸਿੰਘ ਸਿੱਧੂ ਨੂੰ ਪਿਆਰ ਕਰਨ ਵਾਲੇ, ਸਿੱਧੂ ਮੂਸੇਵਾਲੇ ਨੂੰ ਪਿਆਰ ਕਰਨ ਵਾਲੇ ਪੰਜਾਬ ਦੇ ਅਤੇ ਪੰਜਾਬ ਦੇ ਬਾਹਰੋਂ ਕੋਨੇ ਕੋਨੇ ਜਿੱਥੇ ਪਹੁੰਚ ਰਹੇ ਆ, ਅਤੇ ਤੁਸੀਂ ਦੇਖ ਰਹੇ ਆ ਪੂਰਾ ਮੀਡੀਆ ਅਤੇ ਪੁਲਿਸ ਪ੍ਰਸ਼ਾਸਨ ਬਹੁਤ ਵੱਡੀ ਤਾਦਾਦ ਵਿੱਚ ਇੱਥੇ ਹਾਜ਼ਰ ਆ ਜੀ। ਅਤੇ ਆਹ ਸਾਰਾ ਪੰਡਾਲ ਆ, ਇਹ ਜਿਹੜੀ ਸ਼ੈੱਡ ਆ, ਸ਼ੈੱਡ ਤੋਂ ਬਾਹਰ ਵੀ ਟੈਂਟ ਲਾਇਆ ਗਿਆ ਦੋਨਾਂ ਪਾਸੇ ਸੰਗਤ ਦੇ ਬਹਿਣ ਲਈ। ਇਹ ਰਾਹ ਜਿਹੜੇ ਜਾਂਦੇ ਸਿੱਧੇ ਸਟੇਜ ਨੂੰ, ਜਿਨ੍ਹਾਂ ਨੇ ਦਰਸ਼ਨ ਮੇਲੇ ਕਰਨੇ ਆ, ਮੱਥਾ ਟੇਕ ਕੇ ਸਾਈਡਾਂ 'ਤੇ ਬੈਠਣ ਲਈ ਪੂਰਾ ਪ੍ਰਬੰਧ ਆ ਜੀ। ਅਤੇ ਇੱਧਰ ਤੁਸੀਂ ਦੇਖ ਸਕਦੇ ਹੋ ਸਾਰਾ ਪੁਲਿਸ ਪ੍ਰਸ਼ਾਸਨ ਆਪਣੀਆਂ ਡਿਊਟੀਆਂ ਸਾਂਭਦਾ ਹੋਇਆ, ਅਤੇ ਇਸੇ ਤਰ੍ਹਾਂ ਬਾਹਰ ਰੋਡ ਤੋਂ ਲੱਗ ਕੇ ਅੰਦਰ ਪੰਡਾਲ ਤੱਕ ਚੱਪੇ ਚੱਪੇ 'ਤੇ ਮੰਡੀ ਦੇ ਮਾਨਸੇ ਦੇ ਪੁਲਿਸ ਲੱਗੀ ਹੋਈ ਆ ਜੀ। ਇਹ ਆ ਜੀ ਮੇਨ ਸਟੇਜ, ਇਹ ਸਾਰੀ ਰਾਤ ਇਸੇ ਸਟੇਜ ਦੇ ਅੱਗੇ ਬੈਠ ਕੇ ਗੱਡੀ ਆ, ਅਤੇ ਇਹ ਵੀ VIP ਏਰੀਆ ਆ, ਅਤੇ ਮਹਾਰਾਜ ਦੇ ਸਰੂਪ ਹਲੇ ਤੱਕ ਨਹੀਂ ਆਏ। ਦੂਸਰੇ ਨੰਬਰ 'ਤੇ ਸਾਰੇ ਮੀਡੀਆ ਵਾਲੇ ਵੀਰ ਆਪਣੇ ਕੈਮਰੇ ਲਾ ਕੇ ਖੜ੍ਹੇ ਆ, ਅਤੇ ਉਸ ਤੋਂ ਬਾਅਦ ਇਹ ਐਂਟਰੀ ਪੁਆਇੰਟ ਜਿਹੜਾ ਪਿੱਛੇ ਪੰਡਾਲ ਦੇ ਐਂਡ ਤੋਂ ਆਉਂਦਾ ਆ, ਅਤੇ ਇੱਥੇ ਮਹਾਰਾਜ ਨਤਮਸਤਕ ਹੋ ਕੇ ਸਾਈਡਾਂ 'ਤੇ ਬੈਠਣ ਲਈ ਜਿਹੜੀ ਜਗ੍ਹਾ ਬਣਾਈ ਹੋਈ ਆ ਸੰਗਤ ਦੇ, ਅਤੇ ਸੰਗਤਾਂ ਵੱਡੀ ਤਾਦਾਦ ਵਿੱਚ ਇੱਥੇ ਪਹੁੰਚ ਵੀ ਚੁੱਕੀਆਂ ਆ। ਹਲੇ 8 ਵਜੇ ਆ, ਮਹਾਰਾਜ ਦੇ ਸਰੂਪ ਹਲੇ ਆਏ ਨਹੀਂ, ਤਾਂ ਤੁਸੀਂ ਦੇਖ ਸਕਦੇ ਆ। ਸਾਰਾ ਮੀਡੀਆ ਦਾ ਏਰੀਆ ਆ, ਇਹਦੇ ਜਿੰਨੇ ਮੇਰੇ ਵੀਰ ਮੀਡੀਆ ਚਲਾ ਰਹੇ ਆ, ਉਹ ਸਾਰਿਆਂ ਨੇ ਆਪਣਾ ਸਿਸਟਮ ਇੱਥੇ ਲਾਇਆ ਹੋਇਆ ਆ, ਜਿੰਨਾ ਮੀਡੀਆ ਤੁਸੀਂ ਲਾਈਵ ਦੇਖ ਰਹੇ ਹੋ। ਮੰਡੀ ਦੇ ਹਰ ਪਾਸੇ ਹਰ ਕੋਨੇ 'ਤੇ ਇਸ ਤਰ੍ਹਾਂ ਠੰਡੇ ਜਲ ਦੀਆਂ ਸ਼ੀਲਾਂ ਲਾਈਆਂ ਗਈਆਂ ਜੀ, ਸੰਗਤ ਲਈ, ਜਿਹੜੇ ਪਿਆਰ ਕਰਨ ਵਾਲੀ ਸੰਗਤ ਇੱਥੇ ਆਉਣੀ ਅੱਜ ਉਹਦੇ ਲਈ। ਅਤੇ ਜਿੰਨੇ ਮਾਨਸਾ ਦੇ ਆਲੇ ਦੁਆਲੇ ਦੇ ਪਿੰਡ ਆ ਵੀਰ ਸਿੱਧੂ ਮੂਸੇਵਾਲੇ ਨੂੰ ਪਿਆਰ ਕਰਨ ਵਾਲੇ, ਉਹਨਾਂ ਵੱਲੋਂ ਸਾਰਿਆਂ ਵੱਲੋਂ ਜਗ੍ਹਾ ਜਗ੍ਹਾ ਇਸ ਤਰ੍ਹਾਂ ਸ਼ਵੀਲਾਂ ਲਾਈਆਂ ਗਈਆਂ ਆ। ਸਿੱਧੂ ਵੀਰ ਨੂੰ ਪਿਆਰ ਕਰਨ ਵਾਲੇ ਇੱਦਾਂ ਪੋਸਟਰ ਬਣਾ ਬਣਾ ਕੇ ਲੈ ਕੇ ਆਏ ਆ, ਜਿਹਨਾਂ ਸਿੱਧੂ ਮੂਸੇਵਾਲਾ ਬਾਈ ਕਿੱਥੋਂ ਆਏ ਜੀ? ਆਪਾਂ ਅੰਬਾਲੇ ਤੋਂ, ਹਰਿਆਣੇ ਤੋਂ ਬੰਨੀ ਵੀਰ, ਠੀਕ ਆ ਜੀ। ਅਤੇ ਸਵੇਰੇ ਚੱਲੇ ਸੀ ਕਿ ਰਾਤੇ ਦੇ ਆਏ ਹੋਏ ਆ? ਰਾਤ ਦੇ ਉਰੇ ਆਏ ਹੋਏ ਆ ਜੀ। ਸਿੱਧੂ ਬਾਈ ਹਮੇਸ਼ਾ ਜਿੰਦਾ ਹੀ ਰਾਹਗਾ ਦਿਲਮਾ, ਜੋ ਇੱਜ਼ਤ ਪਹਿਲਾਂ ਤੀ, ਜੋ ਦਿਲਮਾ ਜਗ੍ਹਾ ਪਹਿਲਾਂ ਤੀ, ਸਾਰੀ ਜ਼ਿੰਦਗੀ ਵਹੀ ਰਾਹਗੀ, ਜਦ ਤੱਕ ਸਾਂਸ ਚਲਾ ਗਈ ਤਬ ਤੱਕ ਕੀ ਗਰੰਟੀ, ਉਸਕੇ ਬਾਅਦ ਕਹਿ ਨਹੀਂ ਸਕਦੇ, ਆਪਣੀ ਕਹਿ ਸਕਾਂ ਕਿਸੇ ਕੀ ਕਹਿ ਨਹੀਂ ਸਕਦੇ। ਬਿਲਕੁਲ ਜੀ, ਸਿੱਧੂ ਬਾਈ ਜਿੰਦਾਬਾਦ, ਤਾਂ ਜਿੰਦਾਬਾਦ ਹੈ, ਜਿੰਦਾਬਾਦ ਹੀ ਰਹੇ। ਕਿਆ ਬਾਤ ਹੈ, ਅਤੇ ਬਾਈ ਉਹ ਵਾਜੀ ਲਵ ਯੂ ਸਿੱਧੂ ਬਾਈ। ਕਿਆ ਬਾਤ ਬਾਈ, ਉਹਨਾਂ ਨੇ ਟੈਗ ਵੀ ਲਾਏ ਹੋਏ ਆ ਸੀਨੀਅਰ ਦੇ।
ਹਿੱਸੇ ਵਾਲੇ ਵੀਰ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਵਾਸਤੇ ਪਹੁੰਚ ਰਹੀਆਂ ਨੇ। ਕਿਉਂਕਿ ਸਿਆਣਿਆਂ ਦਾ ਕਹਿਣਾ ਹੈ ਕਿ ਕਿਸੇ ਦੇ ਦੁੱਖ ਵਿੱਚ ਜਾਈਏ ਤੇ ਦੁੱਖ ਘਟਦਾ ਹੈ ਤੇ ਖੁਸ਼ੀ 'ਚ ਜਾਈਏ ਖੁਸ਼ੀ ਵੱਧਦੀ ਹੈ। ਮੈਂ ਬੈਠਾ ਸੋਚ ਰਿਹਾ ਸੀ ਸਾਧ ਸੰਗਤ ਕਿ ਰੱਬ ਨੇ ਅਕਾਲ ਪੁਰਖ ਵਾਹਿਗੁਰੂ ਨੇ ਬਹੁਤ ਥੋੜ੍ਹੀ ਉਮਰ ਬਖਸ਼ੀ, ਪਰ ਇਸ ਥੋੜ੍ਹੀ ਉਮਰ ਵਿੱਚ ਉਹ ਪੰਜਾਬ ਦੀ ਧਰਤੀ ਦੇ ਨਾਲ, ਪੰਜਾਬ ਦੀਆਂ ਹਵਾਵਾਂ ਦੇ ਨਾਲ, ਪੰਜਾਬ ਦੇ ਜਾਇਆਂ ਦੇ ਨਾਲ ਇੰਨਾ ਕੁ ਮੋਹ ਮੁਹੱਬਤ ਅਤੇ ਪਿਆਰ ਪਾ ਕੇ ਲਿਆ ਕਿ ਇਸ ਪਿਆਰ ਨੂੰ ਰਹਿੰਦੀ ਦੁਨੀਆ ਤੱਕ ਇਹ ਜਿਹੜਾ ਸੰਸਾਰ ਹੈ ਕਦੇ ਭੁੱਲ ਨਹੀਂ ਸਕਦਾ।
ਸ਼ੁਭਦੀਪ ਸਿੰਘ ਸਿੱਧੂ ਮੂਸੇ ਵਾਲੇ ਵੀਰ ਦੀ ਅੰਤਿਮ ਅਰਦਾਸ ਹੋ ਚੁੱਕੀ ਆ, ਭੋਗ ਪੈ ਚੁੱਕੇ ਆ। ਪਰ ਆਪਣਾ ਨਾ ਕਿਸੇ ਪਾਸੇ ਜਾਣ ਦਾ ਜਾਂ ਹੋਰ ਵੀਡੀਓ ਬਣਾਉਣ ਦਾ ਮਨ ਨਹੀਂ ਕੀਤਾ, ਬਸ ਮਨ ਸ਼ਾਂਤ ਆ। ਇਸ ਲਈ ਜਿੰਨੀ ਵੀ ਵੀਡੀਓ ਬਣੀ ਤੁਸੀਂ ਦੇਖੀ, ਸੰਗਤ ਦਰਸ਼ਨ ਤੁਸੀਂ ਲਾਈਵ ਹੋਰ ਚੈਨਲਾਂ 'ਤੇ ਵੀ ਦੇਖ ਲਏ ਆ, ਅਤੇ ਇੱਥੇ ਸਮਾਪਤੀ ਆ ਜੀ। ਕੁਛ ਬੋਲ ਨਹੀਂ ਹੋ ਰਿਹਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।